ਟਿਕਟ ਪਿੱਲੋ ਫਾਈਟ ਟਾਲੀਆਂ ਬਥੇਰੀਆਂ ਮੈਂ ਆਈ ਨੀ ਲੜਾਈ ਮੂਰੇ ਟਾਲੀ ਟਾਲੀ ਆਏ ਆਏ ਦਿਨ ਪੁੰਨੇ ਆਪਣਾ ਕੇ ਲੈ ਲੋ ਗੱਭਰੂ ਨੀ ਟਿਕਦੇ ਦਿਵਾਲੀ। ਸਤਿ ਸ੍ਰੀ ਅਕਾਲ ਦੋਸਤੋ, ਕਿੱਦਾਂ ਜੀ, ਸਾਰੇ ਸਾਰੇ ਠੀਕ ਠਾਕ ਹੋ? ਅੱਜ ਆਪਾਂ ਸੌਂਗ ਰੇਟ ਕਰਾਂਗੇ ਜੀ ਚੋਬਰ ਐਲਬਮ ਅਰਜਨ ਢਿੱਲੋਂ ਹੌਟ ਸ਼ੀਟ ਗਾਣਾ, ਉਹਦੀ ਵੀਡੀਓ ਆ ਚੁੱਕੀ ਹੈ, ਵੀਡੀਓ ਦੇਖਦੇ ਹਾਂ ਬਾਈ ਦੀ ਕਿੱਦਾਂ ਦੀ ਆ। ਅਤੇ ਜਿਹੜਾ ਇਹਦਾ ਕੰਪੋਜ਼ਰ ਨੇ, ਲਿਰਿਕਸ ਨੇ, ਉਹ ਅਰਜਨ ਢਿੱਲੋਂ ਬਾਈ ਨੇ ਲਿਖਿਆ, ਅਤੇ ਜਿਹੜਾ ਮਿਊਜ਼ਿਕ ਆ ਮਰਸੀ ਦਾ ਮਿਊਜ਼ਿਕ ਆ, ਅਤੇ ਬਾਈ ਨੇ ਆਪਣੀ ਸਟਾਰਟਿੰਗ ਵੀ ਮਰਸੀ ਦੇ ਮਿਊਜ਼ਿਕ ਤੋਂ ਕੀਤੀ ਸੀ ਨਾ। ਅਤੇ ਦੇਖਦੇ ਹਾਂ ਗਾਣਾ ਕਿੱਦਾਂ ਦਾ, ਵੀਡੀਓ ਨਾਲ ਜੁੜੇ ਰਹੋ, ਕਰਦੇ ਹਾਂ ਸ਼ੁਰੂ। ਬਥੇਰੀਆਂ ਮੈਂ ਆਈ ਨੀ ਲੜਾਈ ਮੂਹਰੇ ਟਾਲੀ ਟਾਲੀ ਆਏ ਦਿਨ ਪੁੰਨੇ ਆਪਣਾ ਕੇ ਲੈ ਲੋ ਗੱਭਰੂ ਨੀ ਟਿਕਦੇ ਦਿਵਾਲੀ ਆਏ ਦਿਨ ਗੱਭਰੂ ਨੀ ਟਿਕਦੇ ਦਿਵਾਲੀ ਪੜਾਕੇ ਨਖੜੋ ਗੱਭਰੂ ਨੀ ਟਿਕਦੇ ਦਿਵਾਲੀ। ਕਿਆ ਬਾਤ ਹੈ ਦੋਸਤੋ, ਮਿਊਜ਼ਿਕ ਬੜਾ ਸਿਰਾ ਬਾਈ, ਮਿਊਜ਼ਿਕ ਮਰਸੀ ਮਿਊਜ਼ਿਕ ਲੈਸਦਾ ਵੀ ਵਧੀਆ ਹੈ, ਆਵਾਜ਼ ਵੀ ਸੋਹਣੀ ਹੈ ਜੀ। ਸਹੀ ਗੱਲ ਆ, ਮਿਊਜ਼ਿਕ ਬਾਈ ਦਾ ਨੈਕਸਟ ਲੈਵਲ ਆ, ਤੇ ਵੀਡੀਓ ਬਾਈ ਦੀ ਬਹੁਤ ਘੰਟਾ, ਐਂਟਰੀ ਬਹੁਤ ਘੰਟ ਹੋਈ ਸੀ ਨਾ ਸਟਾਰਟ ਕੀਤੀ ਜਦੋਂ ਬਾਈ ਨੇ, ਤੇ ਬਾਈ ਲੈਫਟ ਹੈਂਡ ਆ ਨਾ, ਲੈਫਟ ਹੈਂਡ ਆ ਘੈਂਟ ਆ ਦੋਸਤੋ। ਦੋਸਤੋ ਕੈਮਰਾਮੈਨ ਦੇਖੋ, ਕੈਮਰੇ ਜਿਹੜਾ ਬਾਈ ਨੇ ਡੀਓਪੀ ਕੀਤੀ ਆ ਕੈਮਰੇ ਦੀ, ਦੇਖੋ ਕਿੰਨਾ ਘੈਂਟ ਲੈ ਹੋਇਆ ਨਾ, ਕੱਲੇ ਕੱਲੇ ਸ਼ਾਟ ਲਏ ਹੋਏ ਆ, ਘੈਂਟ ਨੇਗੇ, ਕਦੇ ਜ਼ੂਮ ਹੁੰਦਾ ਕਦੇ ਜ਼ੂਮ ਆਊਟ ਹੁੰਦਾ, ਤੇ ਘੈਂਟ ਹੋ ਰਿਹਾ, ਮੂਵਿੰਗ ਹੋ ਰਹੀ ਆ ਕੈਮਰੇ ਦੀ ਨਾ, ਐਡੀਟਿੰਗ ਵੀ ਤਕੜੀ ਕੀਤੀ ਹੋਈ। ਸਹੀ ਗੱਲ ਹੈ, ਸੁਪਨੇ ਚ ਜਹਿਰੀਆਂ ਤੂੰ ਬਾਲੀ ਆਏ ਆਏ ਦਿਨ ਪੁੰਨੇ ਆਪਣਾ ਕੇ ਨਖਰੋ ਗੱਭਰੂ ਨੀ ਟਿਕਦੇ ਦਿਵਾਲੀ ਆਏ ਆਏ ਦਿਨ ਪੁੰਨੇ ਆਪਣਾ ਕੇ ਨਖਰੋ ਗੱਭਰੂ ਨੀ ਟਿਕਦੇ ਦਿਵਾਲੀ ਆਏ ਆਏ ਦਿਨ ਪੁੰਨੇ ਆਪਣਾ ਕੇ ਨਖਰੋ ਗੱਭਰੂ ਨੀ ਟਿਕਦੇ ਦਿਵਾਲੀ। ਬਾਈ ਜਿਹੜਾ ਸਰਦਾਰ ਵਿੱਚ ਖੜਾ ਸੀ, ਅਲੱਗ ਹੀ ਟੋਰ ਸੀ ਨਾ, ਹੈ ਨਾ, ਸਰਦਾਰ ਦੀ ਟੋਰ ਲੱਗ ਗਈ। ਸਹੀ ਗੱਲ ਆ। ਸੋ ਦੋਸਤੋ, ਵੀਡੀਓ ਬਹੁਤ ਘੈਂਟ ਸੀਗੀ, ਅਤੇ ਕੈਮਰਾ ਵਰਕ ਬਹੁਤ ਘੈਂਟ ਸੀਗਾ, ਅਤੇ ਐਡੀਟਿੰਗ ਵਗੈਰਾ ਨੈਕਸਟ ਲੈਵਲ ਸੀਗਾ। ਅਤੇ ਮਿਊਜ਼ਿਕ ਦੀ ਗੱਲ ਕਰੀਏ ਤਾਂ ਮਰਸੀ ਮਿਊਜ਼ਿਕ ਬਹੁਤ ਵਧੀਆ ਹੁੰਦਾ। ਸਹੀ ਗੱਲ ਆ, ਸਿਰਾ ਮਿਊਜ਼ਿਕ ਬਾਈ ਦਾ, ਕਿਉਂਕਿ ਬੀਟ ਦੇ ਹਿਸਾਬ ਨਾਲ ਐਡੀਟਿੰਗ ਹੁੰਦੀ ਆ, ਅਤੇ ਹੈ ਨਾ, ਬੀਟ ਵੀ ਬੜੀ ਵਧੀਆ ਹੋਣੀ ਚਾਹੀਦੀ, ਤਾਂ ਹੀ ਵੀਡੀਓ ਘੈਂਟ ਲੱਗਦੀ ਆ। ਅਤੇ ਦੋਸਤੋ, ਵੀਡੀਓ ਬਹੁਤ ਘੈਂਟ ਸੀ, ਅਤੇ ਬਾਈ ਦੀ ਪੂਰੀ ਟੋਪਰ ਐਲਬਮ ਜਿਹੜੀ, ਅਸੀਂ ਸਾਰੇ ਗਾਣੇ ਬਹੁਤ ਘੈਂਟ ਲਏ, ਸਾਰੇ ਹਾਂ ਗਾਣੇ ਵਧੀਆ, ਸਾਰੇ ਗਾਣੇ ਘੈਂਟ ਆ। ਤੇ ਸਾਨੂੰ ਵੇਟ ਸੀਗੀ ਗਾਣੇ ਦੀ, ਵੀਡੀਓ ਦੀ ਖਾਸ ਕਰਕੇ ਨਾ, ਕਹਿੰਦੇ ਵੀਡੀਓ ਆਊਗੀ ਤਾਂ ਘੈਂਟ ਹੀ ਆਊਗੀ। ਬਿਲਕੁਲ ਬਾਈ ਨੇ ਬਹੁਤ ਘੈਂਟ ਵੀਡੀਓ ਬਣਾਈ ਆ ਗਾਣੇ ਦੀ ਨਾ। ਤੇ ਦੋਸਤੋ ਕਮੈਂਟ ਜ਼ਰੂਰ ਕਰਿਓ, ਵੀਡੀਓ ਕਿੱਦਾਂ ਦੀ ਲੱਗੀ ਹੈ ਨਾ, ਕਿਉਂਕਿ ਸਾਨੂੰ ਤਾਂ ਬਹੁਤ ਘੈਂਟ ਲੱਗੀ ਵੀਡੀਓ। ਤੇ ਗਾਣਾ ਬਾਈ ਦਾ ਜਿਹੜਾ ਹੁੰਦਾ ਨੈਕਸਟ ਲੈਵਲ ਹੀ ਹੁੰਦਾ। ਬਿਲਕੁਲ, ਇਸ ਵਕਤ ਬਾਈ ਪੂਰਾ ਉੱਪਰ ਆ ਨਾ, ਜਿਵੇਂ ਸ਼ੋਪੋ ਬਾਈ ਸੀਗਾ ਟੌਪ ਤੇ, ਟੌਪ ਤੇ ਟ੍ਰੈਂਡਿੰਗ ਕਰ ਰਿਹਾ ਗਾਣਾ ਬਾਈ ਦਾ, ਤੇ ਸ਼ੋਪੋ ਸੀਗਾ ਉਹ ਵੀ ਜਦੋਂ ਇਹ ਦੋ ਤਿੰਨ ਕਲਾਕਾਰ ਨੇ ਜਦੋਂ ਆਉਂਦੇ ਆ ਗਾ ਹੀ ਪਤਾ ਨਹੀਂ। ਬਿਲਕੁਲ, ਹਾਂ ਟੌਪ ਤੇ ਆਉਂਦੇ ਨੇ, ਕਿਉਂਕਿ ਮਿਊਜ਼ਿਕ ਵਗੈਰਾ, ਲਿਰਿਕਸ ਵਗੈਰਾ, ਤੇ ਜਿਹੜੀ ਇਹਨਾਂ ਦੀ ਕੰਪੋਜ਼ਰ ਹੁੰਦੀ ਆ, ਖਤਰਨਾਕ ਹੀ ਹੁੰਦਾ ਕੰਮ। ਤੁਹਾਨੂੰ ਕਿੱਦਾਂ ਲੱਗੇ ਕਮੈਂਟ ਕਰਨਾ ਨਾ ਭੁੱਲਿਓ, ਤੇ ਆਪਾਂ ਨੈਕਸਟ ਵੀਡੀਓ ਫਿਰ ਜਲਦੀ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।